ਤਾਂ ਹੈਲੋ ਹਾਂਜੀ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਦੋਸਤੋ, ਹਾਜ਼ਰ ਹੋ ਚੁੱਕੇ ਹਾਂ ਇੱਕ ਹੋਰ ਨਵੀਂ ਅਪਡੇਟ ਲੈ ਕੇ, ਜਿੱਥੇ ਕਿ ਦੋਸਤੋ ਇਸ ਸਮੇਂ ਦੀ ਵੱਡੀ ਅਪਡੇਟ। ਤੋ ਸਰ ਜਣੇ ਜਾਣਦੇ ਹੋਵੋਗੇ ਕਿ ਕੱਲ੍ਹ ਇੱਕ ਜਰਨੈਲ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਮ ਆਦਮੀ ਪਾਰਟੀ ਦੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬਾਰੇ ਬੋਲਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਅਤੇ ਦੋਸਤੋ, ਇਸ ਵੀਡੀਓ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦੇ ਖਿਲਾਫ ਕਾਫੀ ਕੁਝ ਗਲਤ ਵੀ ਬੋਲਿਆ ਗਿਆ ਸੀ। ਅਤੇ ਦੋਸਤੋ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਵਿਅਕਤੀ ਦਾ ਵਿਰੋਧ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਲਾਹਨਤਾਂ ਪਾਈਆਂ ਗਈਆਂ। ਅਤੇ ਦੋਸਤੋ, ਸਭ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇੱਕ ਵੀਡੀਓ ਪਾ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਤੋਂ ਮਾਫੀ ਮੰਗ ਲਈ ਗਈ ਸੀ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਵਿਅਕਤੀ ਨੂੰ ਇੱਕ ਕਰਾਰਾ ਜਵਾਬ ਦਿੱਤਾ ਹੈ। ਅਤੇ ਦੋਸਤੋ, ਆਖਿਰ ਕੀ ਕਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਇਸ ਵਿਅਕਤੀ ਨੂੰ? ਇੱਕ ਵਾਰ ਤੁਸੀਂ ਵੀ ਇਹ ਵੀਡੀਓ ਜ਼ਰੂਰ ਦੇਖੋ। ਠੀਕ ਹੈ, ਮੂੰਹ ਆ ਲੋਕ ਬੋਲੀ ਜਾਂਦੇ ਨੇ, ਤੁਹਾਡਾ ਮੂੰਹ ਹੈ ਵੀਰੋ, ਮੈਂ ਤੁਹਾਡੀ ਭਾਸ਼ਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਜੇ ਮੈਂ ਜੋ ਤੁਸੀਂ ਬੋਲਿਆ ਉਹੀ ਮੈਂ ਬੋਲਣਾ, ਫਿਰ ਆਪਣੇ ਵਿੱਚ ਫਰਕ ਕੀ ਰਹਿ ਗਿਆ। ਲੋਕ ਇਸ ਤਰ੍ਹਾਂ ਇਹਨੂੰ ਪੇਸ਼ ਕਰ ਰਹੇ ਨੇ ਜਿਸ ਤਰ੍ਹਾਂ ਮੈਂ ਇਲੈਕਸ਼ਨ ਲੜ ਕੇ ਹਾਰ ਕੇ ਆ ਗਿਆ ਹਾਂ। ਉਹ ਵੀਰੋ, ਮੈਂ ਤਾਂ ਜ਼ਿੰਦਗੀ 'ਚ ਬਾਜੀ ਹਾਰੀ ਬੈਠਾ, ਮੈਂ ਜੇ ਲਈ ਇਲੈਕਸ਼ਨ ਹਾਰਨਾ ਕੀ ਵੱਡੀ ਗੱਲ? ਮੈਂ ਕਦੋਂ ਕਿਹਾ ਮੈਂ ਜਿੱਤੂ ਹਾਂ? ਮੈਂ ਤਾਂ ਪਰਿਵਾਰ ਦੀ ਜੰਗ ਹਾਰ ਗਿਆ, ਇਲੈਕਸ਼ਨ ਦੀ ਤਾਂ ਬਹੁਤ ਛੋਟੀ ਗੱਲ ਹੈ। ਮਤਲਬ ਮੈਨੂੰ ਸਿੱਖਾਂ ਦੇ ਕਾਤਲ ਨੇ, ਜਿਵੇਂ ਉਹ ਕੱਲ੍ਹ ਵਾਲਾ ਬੋਲੀ ਜਾਂਦਾ ਸੀਗਾ ਜਰਨੈਲ ਸਿੰਘ, ਵੀ ਗਰਮ ਖੂਨ ਵਾਲਿਆਂ ਨਾਲ ਸਿੱਖਾਂ ਦੇ ਕਾਤਲਾਂ ਨਾਲ, ਸਿੱਖਾਂ ਦੇ ਕਾਤਲ ਤੁਸੀਂ ਹੋ, ਤੁਸੀਂ ਸਾਡੇ ਬੇਦੋਸ਼ੇ ਜਵਾਕ ਹੈ ਜਿਹੜੇ NSA ਲਾ ਕੇ ਟੱਕੇ ਹੋਏ ਨੇ ਆਸਾਮ ਦੇ ਵਿੱਚ, ਕੀ ਕਸੂਰ ਹੈ ਬੱਚਿਆਂ ਦਾ? ਬਾਕੀ ਜੇ ਭਾਈ ਤੁਸੀਂ ਮੈਨੂੰ ਹਰਾ ਕੇ, ਮੈਨੂੰ ਤਾਂ ਤੁਸੀਂ ਪਹਿਲੇ ਹਰਾਤਾ, ਜਵਾਕ ਸੀ ਮੇਰਾ ਤੁਸੀਂ ਮਰਵਾਤਾ, ਮੇਰਾ ਹਾਰੇ ਹੋਏ ਦਾ ਕੀ ਹਰਾਉਂਗੇ? ਲੜਾਈ ਲੜਨੀ ਹੈ, ਮੈਂ ਲੜਦੇ ਰਹਿਣਾ, ਮੈਂ ਚੁੱਪ ਕਰਕੇ ਬੈਠੇ ਨਹੀਂ ਵੀ ਤੁਸੀਂ ਮੇਰਾ ਮੈਨੂੰ 5-7 ਸਾਈਟਾਂ ਦੇ ਉੱਤੋਂ ਪੇਜਾਂ ਤੋਂ ਮੈਨੂੰ ਗਾਲਾਂ ਦਵਾ ਦਿਓਗੇ ਤਾਂ ਮੈਂ ਘਰੇ ਚੁੱਪ ਕਰਕੇ ਬੈਠੂਗਾ, ਨੱਕ 'ਚ ਦਮ ਕੀਤਾ ਕਰਕੇ ਰਹੂੰਗਾ। ਐਤਕੀ ਵੀ ਗਿਆ, ਜਦੋਂ ਤੱਕ ਜਿੰਦਾ ਰਹੂੰਗਾ ਜਾਂਦਾ ਰਹੂੰਗਾ, ਹੁਣ 1 ਤੇ ਗਿਆ ਫਿਰ 13 ਦੇ, ਨਾ ਤੁਹਾਡੇ ਤੋਂ ਘਬਰਾਹਟ ਕੱਲ੍ਹ ਸੀ ਨਾ ਤੁਹਾਡੇ ਤੋਂ ਅੱਜ, ਮੈਂ ਆਪਦੇ ਜੰਗ ਲੜਨੀ ਹੈ, ਮੈਂ ਲੜਦੇ ਰਹਿਣਾ ਜਦ ਤੱਕ ਮੈਨੂੰ ਮੇਰੇ ਜਵਾਕ ਦੀ ਜਾਤੀ ਦਾ ਸਸਮੀਰ ਨੂੰ ਤੋਂ ਐਨੀ ਯੋਗ ਹੋ। ਤੁਸੀਂ ਭਾਸ਼ਾ ਤੁਹਾਡੀ ਦੇਖ ਲਓ, ਮੈਂ ਫਿਰ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ, ਕਿਸੇ ਮੰਤਰੀ ਸਾਹਿਬ ਦਾ ਕਿਸੇ ਦਾ ਮੈਂ ਵਿਅਕਤੀਗਤ ਕਿਸੇ ਦਾ ਅੱਜ ਤੱਕ ਨਾ ਟਿੱਪਣੀ ਕੀਤੀ ਹੈ ਕਿਸੇ ਪਰਿਵਾਰ 'ਤੇ, ਨਾ ਕਦੇ ਜ਼ਿੰਦਗੀ 'ਚ ਕਰਾਂਗਾ। ਮੈਂ ਕੇਵਲ ਅਤੇ ਕੇਵਲ ਆਪਦੇ ਜਸਟਿਸ ਦੀ ਗੱਲ ਰੱਖਦਾ, ਆਪਦੇ ਪੀੜ ਦੀ ਗੱਲ ਕਰਦਾ, ਲੋਕਾਂ ਨੂੰ ਮਿਲਦਾ, ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ, ਜਲੰਧਰਾਂ ਦਾ ਮੈਂ ਧੰਨਵਾਦ ਕਰਦਾ। ਕੋਈ ਇਹ ਨਹੀਂ ਹੈਗਾ ਵੀ ਜੇ ਆਪਾਂ ਇਲੈਕਸ਼ਨ ਹਾਰ ਗਏ ਤਾਂ ਤੁਸੀਂ ਮੇਰਾ ਸਾਥ ਦਿੱਤਾ, ਬਹੁਤ ਲੋਕਾਂ ਨੇ ਮੇਰੀ ਹੈਲਪ ਕੀਤੀ ਹੈ, ਬਹੁਤ ਲੋਕਾਂ ਨੇ ਹੰਝੂ ਪਵਾ ਕੇ ਹਮਦਰਦੀ ਨਾਲ ਮੇਰੇ ਨਾਲ ਖੜੇ, ਪਰ ਤੁਸੀਂ ਭਰੋਗੇ ਸਾਰਾ ਕੁਛ, ਜਿਹੜਾ ਕੁਛ ਧੱਕਾ ਤੁਸੀਂ ਮੇਰੇ ਵਰਗੇ ਫੱਕਰ ਬੰਦਿਆਂ ਦੇ ਨਾਲ ਤੁਸੀਂ ਜਿਹੜਾ ਕਰੀ ਜਾਂਦੇ ਹੋ ਨਾ, ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ। ਮੈਂ ਰਾਤ ਵਾਲੇ ਵੀ ਮੈਨੂੰ ਬਹੁਤ ਕੁਛ ਕਿਹਾ, ਪਰ ਮੈਂ ਫਿਰ ਵੀ ਆਪਦੇ ਚਾਹੁਣ ਵਾਲੇ ਨੂੰ ਸਿੱਧੂ ਨੂੰ ਪਿਆਰ ਕਰਨ ਨਾਲ ਬੇਨਤੀ ਕਰਦਾ ਵੀ ਆਪਾਂ ਉਹਦੀ ਧੀ ਭੈਣ ਨੂੰ ਕਿਸੇ ਨੂੰ ਮਾੜਾ ਨਹੀਂ ਬੋਲਣਾ। ਚਲੋ, ਉਹਦੀ ਜਿੰਨੀ ਕੁ ਅਕਲ ਹੈ, ਜਿਸ ਕੋਲ ਬੰਦੇ ਕੋਲ ਹੁੰਦੀ ਹੈ, ਉਹ ਪਰਮਾਤਮਾ ਉਹਨੀ ਕੁ ਨੂੰ ਜਿੰਨੀ ਕੁ ਸੋਝੀ ਦਿੰਦਾ, ਉਹ ਉਹਨੀ ਕੁ ਗੱਲ ਕਰਦਾ। ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਹਾਂ, ਦੋ ਦੀ ਗੱਲ ਨਹੀਂ ਹੁੰਦੀ, ਸਾਰਾ ਜ਼ਮਾਨਾ ਸਾਰੀ ਦੁਨੀਆ ਸੁਣਦੀ ਹੈ ਆਪਾਂ ਕੀ ਜ਼ਬਾਨ ਦੇ ਵਿੱਚੋਂ ਕਹਿੰਦੇ ਹਾਂ। ਸਾਡੀ ਕਮਿਊਨਿਟੀ ਇੱਕ ਹੈ, ਉਹ ਵੀ ਸਿਰ 'ਤੇ ਪੱਗ ਰੱਖਦਾ, ਭੈੜੇ ਲੱਗਦੇ ਆ ਉਸ ਦੇ ਵਿੱਚ ਬੋਲਦੇ ਹੋਏ, ਤਾਂ ਜੇ ਕੋਈ ਵੀ ਗੱਲਬਾਤ ਹੈ ਸਾਰ ਸੰਜਮ ਨਾਲ ਆਪਾਂ ਗੱਲ ਕਰਦੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਗੱਲ 'ਤੇ ਜ਼ਰੂਰ ਗੌਰ ਕਰੋ। ਲੜਾਈ ਆਪਣੀ ਹੈਗੀ ਜਸਟਿਸ ਦੀ, ਆਪਾਂ ਵਧੀਆ ਤਰੀਕੇ ਬਿਨਾਂ ਚਿੱਕਰ ਸਿੱਟੇ ਤੋਂ, ਬਿਨਾਂ ਇਲਜ਼ਾਮ ਲਾਏ ਤੋਂ ਆਪਦੇ ਢੰਗ ਨਾਲ। ਜਿਹੜੇ ਕੱਲ੍ਹ ਵਾਲਾ ਵੀਰ ਕਹਿੰਦਾ ਵੀ ਤੈਨੂੰ ਬਾਹਰੋਂ ਪੈਸਾ ਆਉਂਦਾ, ਮੈਂ ਸਰਕਾਰ ਦਾ ਪ੍ਰੈਸ ਖੜੀ ਹੈ ਮੇਰੇ ਸਾਹਮਣੇ, ਮੀਡੀਆ ਨੂੰ ਕਹਿੰਦਾ ਇਹ ਛਾਤੀ ਠੋਕ ਕੇ ਗੱਲ ਕਹਿੰਦਾ ਵੀ ਤੜਕੇ ਤੇਰੀ ਏਡੀ ਸ਼ੀਰੀ ਜਿਹੜੀ ਹੈਗੀ ਆ ਸਾਰੀ ਛੱਡ ਦੇ, ਜਿੱਥੇ ਚੈੱਕ ਕਰਨਾ ਉੱਥੋਂ ਕਰਵਾ ਲਾ, ਕੋਈ ਘਬਰਾਹਟ ਨਹੀਂ। ਜ਼ਿੰਦਗੀ 'ਚ ਨਾ ਕਦੇ ਗਲਤ ਕੰਮ ਕੀਤਾ, ਨਾ ਕੋਈ ਘਬਰਾਹਟ ਹੈ। ਤਾਂ ਦੋਸਤੋ, ਇਹ ਸੀ ਇਸ ਸਮੇਂ ਦੀ ਵੱਡੀ ਅਪਡੇਟ। ਅਤੇ ਦੋਸਤੋ, ਤੁਸੀਂ ਇਸ ਅਪਡੇਟ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਜੇਕਰ ਕੋਈ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਚੈਨਲ ਉੱਤੇ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ। ਅਤੇ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ। ਅਤੇ ਜੀ ਹੋਰ ਅਪਡੇਟਸ ਨੂੰ ਦੇਖਣ ਦੇ ਲਈ ਦੇਖਦੇ ਰਹੋ ਪਾਪੀ ਦੁਨੀਆ ਚੈਨਲ।